ਸਿੰਘ ਜੀ, ਮੈਂ ਕਰਤਾਰ ਸਿੰਘ, ਅੱਜ ਆਪ ਜੀ ਨੂੰ ਸ੍ਰੀ ਸਤਿਗੁਰੂ ਬਾਲ ਸਿੰਘ ਸਾਖੀ ਸੁਣਾਉਣ ਜਾ ਰਿਹਾ ਹਾਂ, ਜਿਹਦੇ ਵਿੱਚ ਭਾਈ ਰਾਮ ਸਹਾਇ ਜੀ ਨੂੰ ਸਤਿਗੁਰੂ ਜੀ ਨੇ ਨਾਮ ਦੀ ਦਾਤ ਬਖਸ਼ੀ ਅਤੇ ਨਾਮ ਲੈਣ ਤੋਂ ਬਾਅਦ ਉਹਨਾਂ ਨੇ ਸਤਿਗੁਰੂ ਜੀ ਕੋਲੋਂ ਪੁੱਛਿਆ ਕਿ ਉਹਨਾਂ ਨੂੰ ਅਕਾਲ ਪੁਰਖ ਦੇ ਦਰਸ਼ਨ ਹੋ ਸਕਦੇ ਜੇ ਨੇ ਸਤਿਗੁਰੂ ਜੀ ਬਚਨ ਕੀਤਾ ਜ਼ਰੂਰ ਹੋ ਸਕਦੇ ਨੇ। ਬਚਨ ਮੰਨ ਕੇ ਭਾਈ ਰਾਮ ਸਹਾਇ ਜੀ ਸਮਾਧੀ ਵਿੱਚ ਬੈਠੇ। ਇੱਕ ਬੱਕਰੀ ਦਾ ਬੱਚਾ ਮੇਮਣਾ ਆ ਕੇ ਆਪਣਾ ਪਿੰਡਾ ਉਹਨਾਂ ਦੇ ਨਾਲ ਖੁਰਦਾ ਹੈ ਅਤੇ ਉਹ ਦਬਕਾ ਮਾਰ ਕੇ ਪਹੁੰਚਾਉਣ ਦਿੰਦੇ ਨੇ। ਦੂਜੀ ਵਾਰੀ ਫਿਰ ਆਉਂਦਾ ਅਤੇ ਪਿੰਡਾ ਖੁਰਦਾ, ਉਹ ਗੁੱਸੇ ਨਾਲ ਇਸ਼ਾਰਾ ਕਰਕੇ ਪਹੁੰਚਾਉਣ ਦਿੰਦੇ ਨੇ। ਤੀਜੀ ਵਾਰੀ ਫਿਰ ਆਉਣ 'ਤੇ ਉਹ ਮੇਮਣੇ ਨੂੰ ਪੱਥਰ ਮਾਰ ਕੇ ਪਹੁੰਚਾਉਣ ਦਿੰਦੇ ਨੇ, ਉਹ ਚਲਾ ਆਉਂਦਾ। ਉਸ ਤੋਂ ਬਾਅਦ ਉਹਨਾਂ ਦੀ ਬਿਰਤੀ ਨਹੀਂ ਲੱਗਦੀ। ਸਾਧ ਉਹ ਸਤਿਗੁਰੂ ਜੀ ਨੂੰ ਪੁੱਛਦੇ ਹਨ, ਉਹਨਾਂ ਨੂੰ ਅਕਾਲ ਪੁਰਖ ਦੇ ਵੀ ਦਰਸ਼ਨ ਨਹੀਂ ਹੋਏ। ਸਤਿਗੁਰ ਤੁਸੀਂ ਤਾਂ ਆਖਿਆ ਸੀ ਹੋਵਣਗੇ। ਸਤਿਗੁਰੂ ਜੀ ਬਚਨ ਕੀਤਾ ਕਿ ਰੱਬ ਤੇਰੇ ਕੋਲ ਆਇਆ ਸੀ, ਤੂੰ ਉਸਨੂੰ ਬਚਾਉਣਾ ਨਹੀਂ। ਅੱਜ ਤੇਰੇ ਕੋਲ ਜੋ ਬੇਮਨਾ ਆਇਆ ਸੀ ਉਹਦੇ ਅੰਦਰ ਵੀ ਅਕਾਲ ਪੁਰਖ ਹੀ ਸੀ। ਸਾਧ ਸੰਗਤ ਜੀ, ਸਾਡੇ ਕੋਲ ਉਹ ਅੱਖਾਂ ਹੋਣੀਆਂ ਚਾਹੀਦੀਆਂ ਹਨ ਕਿ ਅਸੀਂ ਹਰ ਕਿਸੇ ਦੇ ਅੰਦਰ ਅਕਾਲ ਪੁਰਖ ਨੂੰ ਦੇਖੀਏ, ਬੰਦਾ ਕਿਸੇ ਨੂੰ ਆਖੀਏ। ਧੰਨਵਾਦ, ਸਤਿ ਸ਼੍ਰੀ ਅਕਾਲ। ਅੱਗੇ ਵੀ ਆਪ ਜੀ ਨੂੰ ਇਹੋ ਜਿਹੇ ਹੀ ਪ੍ਰੋਗਰਾਮ ਆਉਂਦੇ ਰਹਿਣਗੇ। ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਔਰ ਬੈੱਲ ਆਈਕਨ ਦਾ ਬਟਨ ਦਬਾ ਲਓ ਤਾਂ ਕਿ ਤੁਹਾਨੂੰ ਨਵੇਂ ਤੋਂ ਨਵੇਂ ਵੀਡੀਓ ਮਿਲਦੇ ਰਹਿਣ। ਦੇਖਦੇ ਰਹੋ ਨਾਮਧਾਰੀ ਮੀਡੀਆ ਇੰਡੀਆ। ਸਾਡੇ ਚੈਨਲ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ ਅਤੇ ਸ਼ੇਅਰ ਕਰੋ। ਧੰਨਵਾਦ।